ਲੋਣਾ ਚਾਹੀਦਾ ਈਦ ਤੇ ਨਾ ਕੁਕਿੰਗ ਵਗੈਰਾ ਕੋਈ ਤੇ ਈਦ ਤੇ ਸਪੈਸ਼ਲ ਅੱਛਾ ਮੇਰੇ ਭੈਣ ਭਰਾ ਦੱਸਣਗੇ ਸਲਵਾਰ ਮੇਰੀ ਕਿਵੇਂ ਦੀ ਹੋਵੇ ਡਿਜ਼ਾਈਨ ਵਾਲੀ ਹੋਵੇ ਕਿਦਾਂ ਦੀ ਹੋਵੇ ਕਿਦਾਂ ਦੀ ਆਵੇ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮੁ ਅਲੈਕੁਮ ਤੇਰੇ ਭੈਣ ਭਰਾ ਕੀ ਹਾਲ ਆ ਤੁਹਾਡਾ ਮੈਂ ਉਮੀਦ ਕਰਦੀ ਹਾਂ ਕਿ ਅੱਲਾਹ ਦੇ ਫਜ਼ਲ ਕਰਮ ਨਾਲ ਸਭ ਠੀਕ ਠਾਕ ਹੋਣਗੇ ਮੇਰੀ ਦੁਆ ਹੈ ਕਿ ਮੇਰੇ ਤਮਾਮ ਭੈਣ ਭਰਾਵਾਂ ਨੂੰ ਅੱਲਾਹ ਤਾਲਾ ਸਿਹਤ ਤੰਦਰੁਸਤੀ ਦੇਵੇ ਔਰ ਦੇਵੇ ਢੇਰੋ ਖੁਸ਼ੀਆਂ ਆਮੀਨ ਸੁਮਾਮੀ ਇਸੇ ਦੁਆ ਦੇ ਨਾਲ ਅੱਜ ਦੇ ਵਲੋਗ ਦਾ ਕਰਦੇ ਹਾਂ ਆਗਾਜ਼ ਲੋਕ ਦੇ ਆਗਾਜ਼ ਤੋਂ ਪਹਿਲਾਂ ਜਿਨ੍ਹਾਂ ਭੈਣ ਭਰਾਵਾਂ ਨੇ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਾਇੰਡਲੀ ਸਬਸਕ੍ਰਾਈਬ ਕਰ ਲਓ ਨਾਲ ਬੈਲ ਦਾ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਮੇਰੀ ਹਰ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਤੱਕ ਬਾਰ ਵਕਤ ਪਹੁੰਚ ਸਕੇ ਅੱਛਾ ਜੀ ਅੱਜ ਦਾ ਵਲੋਗ ਕੁਛ ਇਸ ਤਰ੍ਹਾਂ ਦਾ ਹੋਣ ਵਾਲਾ ਨਵਾਂ ਸੂਟ ਵੀ ਸੀਲਿੰਗ ਕਰਨਾ ਅਤੇ ਫਿਰ ਬਾਕੀ ਜਿਹੜੀ ਵੀ ਰੂਟੀਨ ਹੋਏਗੀ ਆਪਣੇ ਘਰ ਦੀ ਉਹ ਵੀ ਸ਼ੇਅਰ ਕਰੂੰਗੀ ਅਤੇ ਤੁਸੀਂ ਚੱਲ ਕੇ ਵੀਡੀਓ ਦੇਖੋ ਅਸੀਂ ਮਿਲਦੇ ਵਿੱਚ ਬੱਟਾ ਕੀ ਕਰਨਾ ਇਸ ਨਹੀਂ ਸਹੀ ਹੈ ਟੁੱਕ ਟੁੱਕ ਚੈੱਕ ਕਰ ਲਈਏ ਕੋਈ ਟੁੱਕ ਟੁੱਕ ਤਾਂ ਨਹੀਂ ਹੈ ਉੱਧਰ ਦੇਖ ਲਵਾਂ ਨਾਲੇ ਨਾਲੇ ਇਹਨੂੰ ਗਿੱਲਾ ਕਰਕੇ ਸੁੱਕਣੇ ਪਾਉਣੇ ਕੱਪੜਾ ਸਹੀ ਨਹੀਂ ਸਵਾਰਦਾ ਨਾ ਨਹੀਂ ਨਹੀਂ ਸਹੀ ਹੈ ਕੱਪੜਾ ਮੇਰੀ ਇੱਕ ਸਿਸਟਰ ਕਹਿੰਦੀ ਸੀ ਕੋਈ ਕਮੀ ਨਾ ਕਿ ਸੋਹਣੀ ਭੈਣ ਵੱਡ ਰਹੀ ਹੈ ਨਾ ਨੰਦਾ ਇਹ ਹੈ ਹੀ ਇੰਨਾ ਨਹੀਂ ਇਹ ਫੁੱਲ ਹੀ ਰੱਖੀ ਜਾਣੀ ਕਿਉਂਕਿ ਇਹਦੇ ਵਿੱਚ ਲੰਬਾਈ ਹੋਣੀ ਹੈ ਤੇ ਆਪਾਂ ਲੰਬਾਈ ਮੈਂ ਦਿਖਾ ਲਈ ਹੈ ਨਾ ਨਹੀਂ ਮੇਰੀ ਇੱਕ ਭੈਣ ਕਹਿੰਦੀ ਸੀ ਕਿ ਵੀ ਆਪੀ ਕਮੀ ਲੰਬੀ ਰੱਖੀ ਸੋਹਣੀ ਲੱਗਦੀ ਚੱਲ ਤਾਂ ਠੀਕ ਹੈ ਹਾਂ ਇਹ ਤਾਂ ਗੱਲ ਹੈ ਤੇ ਗੱਲ ਤਾਂ ਨਹੀਂ ਤੇ ਲੰਬੀ ਹੈ ਦੂਸਰਾ ਹੈ ਜੂ ਉਹਨਾਂ ਡਿਜ਼ਾਈਨ ਬਾਰਡਰ ਹੀ ਉਹਨਾਂ ਤੂੰ ਆਪਣਾ ਕੰਮ ਤਾਂ ਕਰ ਬੱਚੇ ਦੇਖ ਲਓ ਖੇਡਣ ਡੇ ਮੌਜ ਨਾ ਸੁਭਾਨ ਦੇ ਕੰਮ ਉਹ ਦੇਖ ਲਓ ਸੁਭਾਨ ਬਾਜ਼ੀਆਂ ਮਾਰਨ ਡਿਆ ਓਏ ਸੁਭਾਨ ਏਦਾਂ ਨਹੀਂ ਬਾਜ਼ੀ ਮਾਰੀ ਦੀ ਮਿੱਠੂ ਸੁਭਾਨ ਕਿਹੜੀ ਸ਼ਾ ਹਾਂ ਹਾਂ ਤਾਰ ਬਹੁਤ ਮੈਲੀ ਤਾਰ ਮੈਲੀ ਤੇ ਨਵੀਂ ਤਾਰ ਦੇ ਇਹ ਤਾਂ ਕਾਲਾ ਲੱਗਣ ਡਿਆ ਮੈਨੂੰ ਕਾਲਾ ਸੂਟ ਬਣ ਗਿਆ ਚਲੋ ਸਹੀ ਹੈ ਨੀਲੇ ਤੋਂ ਕਾਲਾ ਹੋ ਗਿਆ ਡਿਜ਼ਾਈਨ ਤਾਂ ਬਦਲ ਗਿਆ ਨਾ ਦੁਪੱਟਾ ਦੁਪੱਟਾ ਕੀ ਕਰਨਾ ਸਾਜ ਦੁਪੱਟਾ ਤਾਂ ਕਰਨਾ ਹੀ ਨਹੀਂ ਨਾ ਸਹੀ ਹੋ ਗਿਆ ਵਧੀਆ ਗਿਆ ਅੱਛਾ ਤੇ ਹੁਣ ਕੀ ਕਰਨਾ ਪਕਾਉਣਾ ਕੀ ਹੈ ਅੱਛਾ ਅੱਛਾ ਜੀ ਸੂਟ ਦਾ ਕੱਪੜਾ ਲੈ ਕੇ ਬਹੁਤ ਖੁਸ਼ ਹੈ ਸਹੀ ਹੈ ਈਜ਼ੀ ਬਿਲਕੁਲ ਈਜ਼ੀ ਸਹੀ ਹੈ ਨਰਮ ਨਰਮ ਲਾਉਣ ਅੱਛੀ ਲਾਉਣ ਭਰਾਵਾਂ ਨੇ ਨਾ ਪਸੰਦ ਕੀਤਾ ਅੱਛੀ ਲਾਉਣ ਸਹੀ ਤੇਰਾ ਸਰਦਾ ਹਾਂ ਬਿਲਕੁਲ ਤੇ ਮੇਰੀ ਮੰਮੀ ਜਿਹੜਾ ਲੈ ਕੇ ਉਹ ਨਹੀਂ ਧੋਤਿਆ ਕੱਟ ਦੂੰਗਾ ਕੱਲ ਨੂੰ ਬਸ ਕੱਲ ਨੂੰ ਤੈਨੂੰ ਕੱਟ ਦੂੰਗਾ ਸੀਧੀ ਦੂਸਰਾ ਸਾਦਾ ਸਲਵਾਰ ਬਣਾਉਣੀ ਆ ਬਿੱਲ ਬਤੋੜੀਆਂ ਲਾਉਂਦੇ ਸਲਾਉਂਦੇ ਸਲਵਾਰ ਹੀ ਖਰਾਬ ਹੋ ਜਾਵੇ ਸਾਦੇ ਠੀਕ ਹੈ ਸਿੱਧੇ ਖੁੱਲ੍ਹੇ ਇਹਦੇ ਨਾਲ ਦੂਸਰੀ ਕਿਨਾਰੀ ਕਿਹੜੀ ਸੱਜੂਗੀ
ਕਿਹੜਾ ਰੰਗ ਹੈ? ਫਰੋਜ਼ੀ ਚ ਫਰੋਜ਼ੀ ਰੰਗ ਦੀ ਕਿਨਾਰੀ ਯਾਨੀ ਸਹੀ ਤੇ ਠੀਕ ਕਲਰ ਬੈਨ ਨਾ ਲਾ ਲਈਏ ਜੀ ਸ਼ਾਮ ਦਾ ਟਾਈਮ ਹੋ ਗਿਆ ਸੁਬਾਨ ਨਹਾ ਕੇ ਕੱਪੜੇ ਪਾਏ ਨੇ ਅਤੇ ਮਹਿਰਾਨ ਨੇ ਅਤੇ ਉਹ ਸੁਬਾਨ ਨੇ ਵੀ ਪਾਏ ਆ ਅਤੇ ਹਾਂਜੀ ਅੱਛਾ ਜੀ ਬਾਹਰ ਦੇਖ ਲਏ ਹਾਂ ਅਤੇ ਬਾਹਰ ਅਸੀਂ ਕਿਹੜੀ ਜਗ੍ਹਾ 'ਤੇ ਬੈਠੇ ਸੀਗੇ ਛਰੀਆਂ 'ਤੇ ਸਾਰੀ ਦਿਹਾੜੀ ਬਾਹਰ ਆਹ ਦੇਖ ਲਓ ਜੀ ਸਾਡਾ ਟਿਕਾਣਾ ਅਤੇ ਕਿੱਦਾਂ ਓਏ ਮਿੱਟੀ ਕਿੰਨੇ ਪਾਈ ਉੱਤੇ ਸੁਬਾਨ ਦੇ ਕੰਮ ਸੁਬਾਨ ਤੋਂ ਮਿੱਟੀ ਪਾਈ ਸਹੀ ਨਹੀਂ ਵੈਸੇ ਸਰੀਰ ਦੀ ਛਾਂ ਸਹੀ ਹੈ ਸੰਘਣੀ ਹੈ ਮਾੜੀ ਨਹੀਂ ਹੈਗੀ ਚੱਲ ਕੋਈ ਨੀ ਖੈਰ ਹੈ ਅੱਛਾ ਤੇ ਅੱਜ ਮਾਨੀ ਨੇ ਵੀ ਆ ਦੇਖ ਲਓ ਫਰੈਸ਼ ਹੋ ਗਿਆ ਮਾਨੀ ਵੀ ਸੁਭਾਨ ਵੀ ਫਰੈਸ਼ ਹੈ ਫਰੈਸ਼ 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 ਲੀਸ਼ਾ ਕਿੱਧਰ ਗਈ ਲੀਸ਼ਾ ਪਤਾ ਨਹੀਂ ਕਿੱਧਰ ਗਈ ਨਾ ਆ ਗਏ ਸਹੀ ਅਤੇ ਹੁਣ ਅਤੇ ਮਾਨੀ ਦੇ ਵੀ ਹਜੇ ਸੀਣੇ ਸੁਭਾਨ ਦੇ ਵੀ ਸੀਣੇ ਲੀਸ਼ਾ ਦੇ ਵੀ ਅਤੇ ਸਾਰਿਆਂ ਦੇ ਹਜੇ ਕੱਪੜੇ ਸੀਣੇ ਆ ਅਤੇ ਈਦ ਦੇ ਦਿਨ ਥੋੜ੍ਹੇ ਰਹਿ ਗਏ ਸਿਹਤਾਂ ਤਬੀਤਾਂ ਜਿਹੜੀਆਂ ਨੇ ਹਾਂ ਇਹ ਤਾਂ ਗੱਲ ਹੈ ਗਰਮੀ ਨਾਲ ਸਭ ਦੀ ਮਤ ਵੱਜੀ ਆ ਫਾਈਨਲੀ ਫਾਈਨਲੀ ਹੁਣ ਨਾ ਅਸੀਂ ਪਤਾ ਕੀ ਕਰਨਾ ਹਾਂ ਇਸ ਟਾਈਮ ਠੰਡਾ ਹੋ ਜਾਂਦਾ ਦੇਖੋ ਜੀ ਹਵਾ ਹੁਣ ਚੱਲਣ ਡਈ ਬੜੀ ਪਿਆਰੀ ਪਿਆਰੀ ਬਿਲਕੁਲ ਪੂਰੇ ਭਾਰ ਨਾਲ ਪਿੱਤਾਂ ਦੇ ਮੌਸਮ ਆ ਗਏ ਆ ਤੇ ਸੁਭਾਨ ਦੇ ਵੀ ਨਿਕਲੀ ਆ ਮੇਰੇ ਵੀ ਤੇ ਦੂਸਰੇ ਦੇ ਮਾਨੀ ਦੇ ਵੀ ਲੀਸ਼ਾ ਦੇ ਸਾਰਿਆਂ ਦੇ ਗਰਮੀ ਆ ਗਈ ਕਿਉਂਕਿ ਜੂਨ ਜਿਹੜਾ ਨਾ ਬਹੁਤ ਜ਼ਿਆਦਾ ਵੈਸੇ ਬਹੁਤ ਜ਼ਿਆਦਾ ਗਰਮ ਅੱਛਾ ਜੀ ਮੈਂ ਨਾ ਗੈਸ ਭਰਾਉਣ ਚੱਲਿਆ ਹੁਣ ਮੈਂ ਗੈਸ ਤੈਨੂੰ ਭਰਾ ਕੇ ਲਿਆ ਦਿੰਦਾ ਸਹੀ ਬਾਲਣ ਦੀ ਤੰਗੀ ਹੈ ਅੱਗੇ ਬਹੁਤ ਜ਼ਿਆਦਾ ਤੰਗੀ ਹੈ ਤੰਗੀ ਦੀ ਵਜ੍ਹਾ ਚਲੋ ਬੰਦਾ ਨਾ ਹਾਂਡੀ ਰੋਟੀ ਰੋਟੀ ਦਾ ਕਰ ਲੈਂਦਾ ਹਾਂਡੀ ਪਕਾ ਲੈਂਦਾ ਬੰਦਾ ਗੈਸ 'ਤੇ ਰੋਟੀ ਦਾ ਕਰ ਲੈਂਦਾ ਅਤੇ ਹਾਂਡੀ ਬੰਦਾ ਪਕਾ ਲੈਂਦਾ ਪਤਾ ਵੀ ਨਹੀਂ ਨਾ ਜਿਹੜਾ ਗੈਸ ਕਿਉਂਕਿ ਬਹੁਤ ਜ਼ਿਆਦਾ ਮਹਿੰਗਾ ਨਹੀਂ ਅੱਗੇ ਈਦ ਵੀ ਆਉਂਦੀ ਫਿਰ ਵੀ ਤਾਂ ਲੋੜ ਪੈਣੀ ਹੈ ਚਾਰ ਕੁ ਦਿਨ ਹਜੇ ਉਹ ਹੈਗੇ ਯੂਰਪ ਵਾਲੀ ਆਪੀ ਵਾਲਾ ਕਿੱਦਾਂ ਨਾ ਸਟਾਰਟ ਕਰੀਏ ਹਾਂ ਅਤੇ ਉਹ ਫਿਰ ਤੁਸੀਂ ਜਾਓਗੇ ਜਦੋਂ ਪੈ ਦੂਸਰਾ ਚਾਰ ਕੁ ਦਿਨ ਖਲੋ ਜਾਓ ਈਦ ਤੇ ਪੈਪ ਲਵਾ ਕੇ ਨਾ ਈਦ ਤੇ ਗੋਸ਼ਤ ਦੀ ਕੁਕਿੰਗ ਇਨਸ਼ਾਅੱਲਾ ਜ਼ਿੰਦਗੀ ਰਹੀ ਤੇ ਜ਼ਰੂਰ ਉਹਨਾਂ 'ਤੇ ਕਰਾਂਗੇ ਅਤੇ ਫਿਲਹਾਲ ਸਿਲੰਡਰ ਪਤਾ ਕੀ ਭੈਣ ਭਰਾਵੋ ਗਰਮੀ ਦੀ ਵਜ੍ਹਾ ਤੋਂ ਅਸੀਂ ਨਾ ਬਹੁਤ ਜ਼ਿਆਦਾ ਅੱਗੇ ਨਾਲ ਨਾ ਰਹਿ ਗਏ ਹਾਂ ਥੋੜ੍ਹਾ ਜਿਹਾ ਚੱਲੀਏ ਫਿਰ ਇਹਨਾਂ ਥਕਾਵਟ ਹੁੰਦੀ ਆ ਦੋ ਕੁ ਦਿਨ ਖਲੋ ਕੇ ਫਿਰ ਅਸੀਂ ਲੱਕੜੀਆਂ ਦਾ ਫੇਰਾ ਲਾਵਾਂਗੇ ਕਿਤੋਂ ਚੁੱਕ ਚੱਕ ਕੇ ਲਿਆਵਾਂਗੇ ਬਾਲਣ ਫਿਰ ਕੋਈ ਆਸਰਾ ਹੋਣਾ ਅਤੇ ਉਨੀ ਦੇਰ ਫਿਰ ਲੀਸ਼ਾ ਦੇ ਪਾਪਾ ਨੂੰ ਕਿਹਾ ਮੈਂ ਕਿਹਾ ਤੁਸੀਂ ਨਾ ਗੈਸ ਭਰਾ ਦਿਓ ਨਹੀਂ ਸਰਦਾ ਲੱਕੜੀਆਂ ਤੋਂ ਬਗੈਰ ਸਾਰੇ ਨਿਆਣਿਆਂ ਨੂੰ ਦੂਸਰੇ ਚਾਰ ਪਾਈ ਲਿਆ ਚੁੱਕ ਕੇ ਨਹੀਂ ਆ ਜਾਂਦੇ ਕਦੀ ਕਦੀ ਕਾਬੂ ਮੰਜੀ ਆ ਨੀ ਗਈ ਮੰਜੀ ਫਸ ਗਈ ਚਲੋ ਜੀ ਮੰਜੀ ਆ ਗਈ ਜੀ ਫਾਈਨਲੀ ਫਾਈਨਲੀ ਨਾ ਮੈਂ ਗੈਸ ਸਿਲੰਡਰ ਭਰਾ ਕੇ ਘਰ ਪਹੁੰਚ ਗਿਆ ਆਹ ਦੇਖ ਲਓ ਜੀ ਘਰ ਆ ਗਿਆ ਅਤੇ ਗੈਸ ਸਿਲੰਡਰ ਹੁਣ ਭਰਾਇਆ ਅਤੇ
देखो भी किन्ने दिन खत्म होंदा ते आलो इदां ही कढूगा अपनी कढेगा। अच्छा सिलेंडर भरा के लै आंदा मैं, किन्ने दिन कढूगा इदां ही कढूगा इदां ही कढू इंशाल्लाह के नहीं वध कढू। अच्छा चलो सही, एदा आया सिस्टम ਇਹ ਤੇ ਕਸਾਂਗੇ ਇਹ ਤੇ ਚੱਕਰ ਹੈ ਲਿਆ ਕੇ ਨਾ ਦੂਸਰਾ ਲਾਉਣਾ ਚਾਹੀਦਾ ਈ ਤੇ ਨਾ ਕੁਕਿੰਗ ਵਗੈਰਾ ਉਹ ਇਹ ਤੇ ਸਪੈਸ਼ਲ ਇੱਕ ਵਲੌਗ ਬੜਾ ਪਿਆਰਾ ਜਿਹਾ ਕਰਕੇ ਬਣਾਵਾਂਗੇ। ਇਹਦਾ ਪੁੱਠਾ ਨਹੀਂ ਸਾਬ, ਹਾਂ ਪੁੱਠਾ ਹੀ ਸਾਬ। ਚਲੋ ਜੀ ਇਹ ਚੁੱਲ੍ਹਾ ਉੱਤੇ, ਇਹ ਚੁੱਲ੍ਹਾ ਕਸ ਕੇ ਤਾ ਉੱਤੇ। ਅੱਛਾ ਜੀ ਸ਼ਾਮ ਦੀ ਰੋਟੀਆਂ ਅਸੀਂ ਪਕਾਉਣ ਲੱਗੇ ਅਤੇ ਦੇਖ ਲਓ ਜੀ ਸ਼ਾਮ ਦੀ ਰੂਟੀਨ ਸਾਡੇ ਕੋਲ ਇੱਦਾਂ ਦੀ ਵੀਡੀਓ ਹੁੰਦੀ ਹੈ ਤੇ ਇਸ ਵਜ੍ਹਾ ਤੋਂ ਅਸੀਂ ਸ਼ਾਮ ਦੀ ਰੂਟੀਨ ਜਿਹੜੀ ਨਾ ਘੱਟ ਸ਼ੇਅਰ ਕਰੀ ਦੀ ਨਹੀਂ ਸਾਡੀ ਅੱਜ ਇੱਕ ਭੈਣ ਨੇ ਕਿਹਾ ਸੀ ਲਾਜ਼ਮੀ ਸ਼ੇਅਰ ਕਰਿਆ ਕਰੋ ਤੇ ਵੀ ਹਾਂ ਉਹ ਜੀ ਪਰਲੇ ਪਾਸੇ ਉਹ ਗੈਸ 'ਤੇ ਅਸੀਂ ਰੱਖੀ ਹੈ ਹਾਂਡੀ ਅਤੇ ਠੀਕ ਹੈ ਜੀ ਅੱਜ ਦਾ ਵੀ ਲੋਕ ਇੰਨਾ ਹੀ ਸੀ ਇਨਸ਼ਾਅੱਲਾ ਨੈਕਸਟ ਵੀਡੀਓ ਨਾ ਅੱਲਾ ਹਾਫਿਜ਼।